ਸਤਿ ਸ਼੍ਰੀ ਅਕਾਲ ਜੀ। ਇਸ ਮੱਗ ਦੇ ਚੋਣ ਅਖਾੜੇ 'ਚ ਅਸੀਂ ਤੁਹਾਡੇ ਵਾਸਤੇ ਇੱਕ ਅਜਿਹੀ ਸਪੈਸ਼ਲ ਰਿਪੋਰਟ ਲੈ ਕੇ ਆਏ ਹਾਂ ਜੋ ਹਰ ਪੰਜਾਬੀ ਦੇ ਲਈ ਵੇਖਣੀ ਜ਼ਰੂਰੀ ਹੈ। ਦਰਅਸਲ ਜਦੋਂ ਦਾ ਚੋਣ ਬਿਗੁਲ ਵੱਜਿਆ ਹੈ ਉਦੋਂ ਤੋਂ ਸਭ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਨੇ ਕਿ ਦੇਸ਼ 'ਚ ਇਸ ਵਾਰ ਕੌਣ। ਬਹਿਰਹਾਲ ਅੱਜ ਅਸੀਂ ਦੇਸ਼ ਨਹੀਂ ਪੰਜਾਬ ਦੀ ਗੱਲ ਕਰਾਂਗੇ, ਜਿੱਥੇ ਆਪ ਅਤੇ ਭਾਜਪਾ ਨੇ ਦੂਜੀਆਂ ਪਾਰਟੀਆਂ ਤੋਂ ਉਦਾਰੇ ਉਮੀਦਵਾਰ ਲੈ ਕੇ ਖੜ੍ਹੇ ਕੀਤੇ ਅਤੇ ਅਕਾਲੀ ਕਾਂਗਰਸ ਹੀ ਆਪਣੇ ਵਜੂਦ ਦੀ ਲੜਾਈ 'ਚ ਲੱਗੇ ਹੋਏ ਨੇ। ਇਸ ਸਭ ਦੇ ਵਿੱਚ ਇੱਕ ਅਜਿਹੀ ਰਿਪੋਰਟ ਜੋ ਤੁਹਾਨੂੰ ਚੌਂਕਾ ਕੇ ਰੱਖ ਦੇਣ ਵਾਲੀ ਹੈ ਪੇਸ਼ ਕਰਨ ਜਾ ਰਹੇ ਹਾਂ, ਜਿਸ ਦਾ ਲੈਬੋਲ ਵਾਬ ਇਹ ਹੈ ਕਿ ਪੰਜਾਬ 'ਚ ਇਸ ਵਾਰ ਅਕਾਲੀ ਦਲ 6 ਸੀਟਾਂ 'ਤੇ ਜਿੱਤ ਹਾਸਲ ਕਰਦਾ ਦਿਖਾਈ ਦੇ ਰਿਹਾ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਕਿੰਨੀਆਂ ਸੀਟਾਂ 'ਤੇ ਜਿੱਤ ਹਾਸਲ ਹੋ ਸਕਦੀ ਹੈ ਉਸਦਾ ਜ਼ਿਕਰ ਇਸ ਰਿਪੋਰਟ 'ਚ ਕਰਾਂਗੇ। ਸਿਲਸਿਲੇਵਾਰ ਇਕੱਲੀ ਇਕੱਲੀ ਸੀਟ ਦੇ ਸਮੀਕਰਨ ਤੁਹਾਡੇ ਸਾਹਮਣੇ ਰੱਖਣ ਜਾ ਰਹੀ ਹਾਂ। ਦਰਅਸਲ 13-0 ਦਾ ਨਾਰਾ ਦੇਣ ਵਾਲੀ ਆਮ ਆਦਮੀ ਪਾਰਟੀ, ਜਿਸ ਨੂੰ ਵਲੰਟੀਅਰ ਤਾਂ ਨਹੀਂ ਮਿਲੇ ਅਤੇ MLA ਮੰਤਰੀਆਂ ਨੂੰ ਚੋਣ ਅਖਾੜੇ 'ਚ ਉਤਾਰ ਦਿੱਤਾ ਗਿਆ। ਚਰਚਾ ਇਹ ਹੈ ਕਿ ਪਹਿਲਾਂ ਤੋਂ ਵਜ਼ੀਰ ਬਣਿਆ ਬੰਦਾ MP ਬਣ ਕੇ ਕੀ ਹਾਸਲ ਕਰ ਲਓ। ਸੋ ਇਸੇ ਕਰਕੇ ਅਜਿਹੀ ਗੁਫ਼ਤਗੂ ਹੋ ਰਹੀ ਹੈ ਕਿ ਆਪ ਦੇ ਮੌਜੂਦਾ MLA ਅਤੇ ਮੰਤਰੀ ਜੋ MP ਉਮੀਦਵਾਰ ਨੇ ਉਹ ਆਪਣੀਆਂ ਸੀਟਾਂ 'ਤੇ ਜ਼ਿਆਦਾ ਜ਼ੋਰ ਨਹੀਂ ਲਗਾ ਰਹੇ ਕਿਉਂਕਿ ਉਹ ਆਪਣੀ ਵਜ਼ਾਰਤ ਗੁਆਉਣਾ ਨਹੀਂ ਚਾਹੁੰਦੇ, ਜਿਸ ਦਾ ਫਾਇਦਾ ਬਾਕੀ ਦੂਜੀਆਂ ਪਾਰਟੀਆਂ ਨੂੰ ਹੋਣ ਜਾ ਰਿਹਾ, ਭਾਵ ਆਮ ਆਦਮੀ ਪਾਰਟੀ ਵਾਧੂ ਸੀਟਾਂ ਹਾਰਨ ਜਾ ਰਹੀ ਹੈ। ਦਰਅਸਲ ਆਪ ਦੀ ਗੱਲ ਸ਼ੁਰੂਆਤੀ ਦੌਰ 'ਚ ਇਸ ਲਈ ਕਿਉਂਕਿ ਜੇ ਪਿਛਲੀਆਂ ਦੋ ਲੋਕ ਸਭਾ ਚੋਣਾਂ 2014 ਅਤੇ 2019 ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਗ੍ਰਾਫ ਜੋ ਹੈ ਲੋਕ ਸਭਾ ਚੋਣਾਂ 'ਚ ਡਿੱਗਿਆ ਉੱਠਿਆ ਨਹੀਂ ਹੈ। ਅੰਕੜੇ ਕੁਝ ਇਸ ਤਰ੍ਹਾਂ ਨੇ। ਲੋਕ ਸਭਾ ਚੋਣਾਂ ਪੰਜਾਬ 2014, ਆਪ ਨੂੰ 4 ਸੀਟਾਂ ਤਾਂ ਜ਼ਰੂਰ ਮਿਲੀਆਂ ਅਤੇ ਵੋਟ ਪ੍ਰਤੀਸ਼ਤ ਸੀ 24.4%, ਪਰ 2019 ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਮਿਲੀ ਸਿਰਫ 1 ਸੀਟ ਅਤੇ ਵੋਟ ਪ੍ਰਤੀਸ਼ਤ ਰਹਿ ਗਿਆ ਸਿਰਫ 7.38%। ਅਤੇ ਹੁਣ 2 ਸਾਲ ਦੀ ਐਂਟੀ ਇਨਕਿਊਬੈਂਸੀ ਲੋਕਾਂ ਦੇ ਗੁੱਸੇ ਰਾਹੀਂ ਸਾਫ਼ ਝਲਕ ਰਹੀ ਹੈ। ਮਾਨ ਸਾਹਿਬ ਦਾ ਵਿਰੋਧ ਸ਼ਰੇਆਮ ਹੋ ਰਿਹਾ। ਸੋ ਕੀ ਮੰਨੀਏ, 13-0 ਦਾ ਨਾਰਾ ਦੇਣ ਵਾਲੀ ਆਮ ਆਦਮੀ ਪਾਰਟੀ ਹੁਣ 0 ਤੇ ਆ ਜਾਏਗੀ? ਕਿਉਂਕਿ ਪਿਛਲੀਆਂ ਚੋਣਾਂ 'ਚ ਲਗਾਤਾਰ ਡਿੱਗਦਾ ਗ੍ਰਾਫ ਤਾਂ ਕੁਝ ਇਸ ਗੱਲ ਵੱਲ ਇਸ਼ਾਰਾ ਕਰ ਸਕਦਾ। ਬਹਿਰਹਾਲ 2019 'ਚ ਜਿੱਥੇ ਕਾਂਗਰਸ ਦਾ ਵੋਟ ਬੈਂਕ ਵਧਿਆ, ਉੱਥੇ ਹੀ ਅਕਾਲੀ ਦਲ ਨੇ ਆਪਣੇ ਵੋਟ ਬੈਂਕ ਨੂੰ ਬਰਕਰਾਰ ਰੱਖਿਆ ਅਤੇ ਅਕਾਲੀ ਦਲ ਦਾ ਕੈਡਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਵਿਖਿਆ ਅਤੇ ਘਾਟਾ ਹੋਇਆ ਤਾਂ ਸਿਰਫ ਆਮ ਆਦਮੀ ਪਾਰਟੀ ਨੂੰ ਅਤੇ ਭਾਜਪਾ ਤਾਂ ਵੋਟ ਪ੍ਰਤੀਸ਼ਤ ਵਧਿਆ ਸਿਰਫ 1.5%, ਜਿਸ ਨਾਲ ਹੁਣ ਭਾਜਪਾ ਪੰਜਾਬ ਤੋਂ ਸੰਸਦ 'ਚ ਪੁੱਜਣ ਦੇ ਸੁਪਨੇ ਵੇਖ ਰਹੀ ਹੈ। ਖੈਰ, ਸੋ ਇਹ ਸੀ ਇੱਕ ਅਜਿਹਾ ਸਮੀਕਰਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਸ ਵਾਰ ਪੰਜਾਬ 'ਚ ਲੜਾਈ ਕਾਂਗਰਸ ਅਤੇ ਅਕਾਲੀ ਦਲ ਦੇ ਦਰਮਿਆਨ ਜਾਪਦੀ ਹੈ। ਬਾਕੀ ਕਹਿਣ ਨੂੰ ਕੁਝ ਵੀ ਕਹਿ ਲਿਆ ਜਾਵੇ। ਸੀਟ ਦਰ ਸੀਟ ਦੀ ਗੱਲ ਕਰੀਏ ਤਾਂ ਸਭ ਤੋਂ ਟਫ ਸੀਟ 'ਚੋਂ ਸੀਟ ਮੰਨੀ ਜਾਣ ਵਾਲੀ ਸੀਟ ਸੰਗਰੂਰ ਕਾਂਗਰਸ ਦੇ ਖਾਤੇ 'ਚ ਆਉਂਦੀ ਨਜ਼ਰ ਆ ਰਹੀ ਹੈ। ਬੇਸ਼ੱਕ ਸਿਮਰਨਜੀਤ ਸਿੰਘ ਮਾਨ ਇੱਕ ਵਿਸ਼ੇਸ਼ ਮੁੱਦੇ ਨੂੰ ਲੈ ਕੇ ਜਨਤਾ 'ਚ ਉਤਰੇ ਨੇ, ਪਰ ਪਿਛਲੀਆਂ ਟਰਮ 'ਚ ਉਹਨਾਂ ਨੇ ਸਿਵਾਏ ਸੱਤਾ ਹਾਸਲ ਕਰਨ ਦੇ ਪੰਥਕ ਮੁੱਦੇ ਕਿਹੜੇ ਹੱਲ ਕੀਤੇ? ਜਨਤਾ ਇਸ ਵਾਰ ਜ਼ਰੂਰ ਸੋਚਦੀ ਹੋਵੇਗੀ ਕਿ ਬੰਦੀ ਸਿੰਘਾਂ ਨੂੰ ਛੁਡਾ ਲਿਆ ਗਿਆ, ਕਿ ਅੰਮ੍ਰਿਤਪਾਲ ਨੂੰ NSA ਤੋਂ ਮੁਕਤ ਕਰਵਾ ਲਿਆ ਗਿਆ, ਕਿ ਪੰਜਾਬ 'ਚ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 13 MP ਜਿੱਤ ਲਏ ਗਏ, ਜਾਂ ਸਿਰਫ ਪੰਥਕ ਪੰਥਕ ਕਰਕੇ ਸੱਤਾ ਹਾਸਲ ਕਰ ਲਈ ਗਈ।
ਜਦਕਿ ਦੂਜੇ ਪਾਸੇ ਜਿਸ ਬੰਦੇ ਨਾਲ ਧੱਕਾ ਹੁੰਦਾ ਰਿਹਾ ਉਹ ਚਟਾਨ ਵਾਂਗ ਲੋਕਾਂ ਨਾਲ ਅੱਜ ਵੀ ਖੜ੍ਹਾ ਲੋਕਾਂ ਦੇ ਮੁੱਦੇ ਚੁੱਕਦਾ ਆ ਰਿਹਾ। ਸੁਖਪਾਲ ਖਹਿਰਾ, ਖਹਿਰਾ ਨੂੰ ਕਥਿਤ ਝੂਠੇ ਮੁਕੱਦਮਿਆਂ 'ਚ ਫਸਾਇਆ ਗਿਆ ਅਤੇ ਕਸੂਰ ਉਸਦਾ ਸਿਰਫ ਇਹ ਸੀ ਕਿ ਉਹ ਲੋਕਾਂ ਲਈ ਆਮ ਆਦਮੀ ਪਾਰਟੀ ਸਰਕਾਰ ਨਾਲ ਲੜਾਈ ਲੜਦਾ ਰਿਹਾ। ਅਤੇ ਜੇਕਰ ਗੱਲ ਕਰੀਏ ਆਪ ਦੇ ਉਮੀਦਵਾਰ ਮੀਤ ਹੇਅਰ ਦੀ, ਜੋ ਆਪ ਇਸ ਵੇਲੇ ਮੰਤਰੀ ਹੈ, ਕਿ ਉਹ ਵਜ਼ਾਰਤ ਛੱਡਣ ਲਈ ਤਿਆਰ ਹੈ? ਇੱਕ ਵਜ਼ੀਰ ਨਿੱਜੀ ਤੌਰ 'ਤੇ ਸਿਰਫ MP ਬਣ ਕੇ ਕੀ ਹਾਸਲ ਕਰ ਲਓ? ਕਿਉਂਕਿ ਆਪ ਦਾ ਲਗਾਤਾਰ ਲੋਕ ਸਭਾ ਚੋਣਾਂ 'ਚ ਡਿੱਗਦਾ ਗ੍ਰਾਫ ਕੇਂਦਰ 'ਚ ਇਹਨਾਂ ਨੂੰ ਮੰਤਰੀ ਤਾਂ ਬਣਾਉਣ ਵਾਲਾ ਨਹੀਂ ਹੈ। ਤਾਂ ਦੂਜੇ ਪਾਸੇ ਭਾਜਪਾ, ਜਿਸ ਦਾ ਪੰਜਾਬ 'ਚ ਲਗਾਤਾਰ ਅਤੇ ਬਾਰ ਬਾਰ ਵਿਰੋਧ ਹੋ ਰਿਹਾ, ਉਸਦੇ ਉਮੀਦਵਾਰ ਅਰਵਿੰਦ ਖੰਨਾ ਕਹਿ ਰਹੇ ਨੇ ਕਿ ਲੋਗੋ ਨੇ ਜਿਤਾਇਆ ਤੋਂ ਵਿਕਾਸ ਕੀ ਆਂਧੀ ਲਾ ਦੂੰਗਾ। ਯਾਨੀ ਕਿ ਉਹਨਾਂ ਨੂੰ ਪੰਜਾਬ 'ਚ ਹੋ ਰਹੇ ਵਿਰੋਧ ਦੇ ਚੱਲਦੇ ਯਕੀਨ ਹੀ ਨਹੀਂ ਕਿ ਉਹ ਜਿੱਤ ਪਾਉਣਗੇ ਜਾਂ ਨਹੀਂ। ਬਹਿਰਹਾਲ ਗੱਲ ਸਭ ਤੋਂ ਹੌਟ ਅਤੇ ਵਕਾਰ ਵਾਲੀ ਸੀਟ ਬਠਿੰਡਾ ਦੀ, ਜਿੱਥੋਂ ਲੋਕ ਸਿਰਫ ਅਤੇ ਸਿਰਫ ਅਕਾਲੀ ਦਲ ਨੂੰ ਪਸੰਦ ਕਰਦੇ ਆ ਰਹੇ ਨੇ। ਪਿਛਲੇ 15 ਸਾਲਾਂ ਤੋਂ ਹਰਸਿਮਰਤ ਦੀ ਮੰਨੀਏ ਤਾਂ ਉਹਨਾਂ ਵੱਲੋਂ ਵਿਕਾਸ ਕਾਰਜਾਂ ਦੀ ਲਿਆਂਦੀ ਹਨੇਰੀ ਜਨਤਾ ਦੇ ਦਿਲਾਂ ਨੂੰ ਛੂ ਕੇ ਲੰਘੀ ਹੈ। ਕਿ ਏਮਸ ਦੀ ਯੂਨੀਵਰਸਿਟੀ, ਕੀ ਕਾਲਜ, ਕੀ ਸਕੂਲ, ਕੀ ਸੜਕਾਂ ਦਾ ਜਾਲ, ਕੀ ਸਿਹਤ ਸੁਵਿਧਾਵਾਂ, ਕੀ ਮਹਿਲਾਵਾਂ ਅਤੇ ਨੰਨੀ ਛਾਂ ਲਈ ਸਕੀਮਾਂ, ਕੀ ਕਿਸਾਨਾਂ ਲਈ ਸੱਤਾ ਦਾ ਬਲੀਦਾਨ, ਇਹ ਸਭ ਬਠਿੰਡਾ ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਦੇ ਲੋਕਾਂ ਦੇ ਦਿਲਾਂ 'ਚ ਅਜਿਹੀ ਛਾਪ ਛੱਡ ਗਿਆ ਕਿ ਲੋਕ ਹਰਸਿਮਰਤ ਤੋਂ ਇਲਾਵਾ ਕਿਸੇ ਹੋਰ ਨੂੰ ਆਪਣੀ ਨੁਮਾਇੰਦਗੀ ਨਹੀਂ ਦੇ ਰਹੇ। ਮਨਪ੍ਰੀਤ ਬਾਦਲ ਆਇਆ ਹਰਸਿਮਰਤ ਦੇ ਖਿਲਾਫ, ਲੋਕਾਂ ਨੇ ਉਸਨੂੰ ਘਰੇ ਭੇਜਤਾ। ਰਾਜਾ ਵੜਿੰਗ ਨੇ ਦਾਅ ਖੇਡਿਆ ਉਹ ਅਜਿਹਾ ਹਾਰਿਆ ਕਿ ਬਠਿੰਡਾ ਹੀ ਛੱਡ ਗਿਆ। ਤਾਂ ਹੁਣ ਜੀਤ ਮਹਿੰਦਰ, ਜਿਸਨੂੰ ਇੱਕ ਕਮਜ਼ੋਰ ਕੈਂਡੀਡੇਟ ਦੇ ਰੂਪ 'ਚ ਹੀ ਮੰਨਿਆ ਜਾ ਰਿਹਾ ਅਤੇ ਕਿਹਾ ਜਾ ਰਿਹਾ ਕਿ ਉਸਦਾ ਆਧਾਰ ਸਿਰਫ ਤਲਵੰਡੀ ਸਾਬੋ 'ਚ ਹੀ ਹੈ, ਬਠਿੰਡਾ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ 'ਚ ਨਹੀਂ। ਅਤੇ ਇਸਦੇ ਉਲਟ ਮੈਡਮ ਪਰਮਪਾਲ ਕੌਰ, ਜਿਸਦਾ ਵਿਰੋਧ ਲੋਕ ਧੜੱਲੇ ਨਾਲ ਲਗਾਤਾਰ ਅਤੇ ਬਾਰ ਬਾਰ ਕਰ ਰਹੇ ਨੇ, ਇੰਨਾ ਹੀ ਨਹੀਂ ਜਿਸਦੇ ਪਤੀ ਨੂੰ ਵੀ ਲੋਕ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਭਾਜਪਾ ਨਾਲ ਨਾਰਾਜ਼ਗੀ ਦੇ ਚੱਲਦੇ। ਸੋ ਕੀ ਉਹ ਬਠਿੰਡਾ ਜਿੱਤ ਪਾਊਗੀ? ਇਸਦੇ ਉਲਟ ਸੋਹਰਾ ਸਾਹਿਬ ਅਕਾਲੀ ਦਲ 'ਚ ਨੇ, ਪ੍ਰਚਾਰ ਉਹ ਆਪਣੀ ਨੂੰ ਲਈ ਕਰ ਨਹੀਂ ਰਹੇ, ਵਿਰੋਧ ਵੱਖਰਾ ਹੋ ਰਿਹਾ। ਪਰਮਪਾਲ ਨੂੰ ਰਾਜਨੀਤੀ ਦਾ ਕੋਈ ਤਜ਼ਰਬਾ ਨਹੀਂ ਹੈ ਅਤੇ ਸਭ ਤੋਂ ਵੱਡੀ ਗੱਲ, ਲੋਕ ਕਸ਼ਮਕਸ਼ 'ਚ ਵੀ ਹੋ ਸਕਦੇ ਨੇ ਕਿ ਸੋਹਰਾ ਅਕਾਲੀ ਦਲ 'ਚ ਅਤੇ ਨੂੰ ਭਾਜਪਾ 'ਚ, ਅਤੇ ਭਾਜਪਾ ਨਾਲ ਨਾਰਾਜ਼ਗੀ ਤਾਂ ਇੱਕ ਤਬਕੇ ਦੀ ਹੈ। ਸੋ ਵੋਟ ਅਕਾਲੀ ਦਲ ਨੂੰ ਹੀ ਕਿਉਂ ਨਾ ਪਾਈਏ? ਭਾਵ ਹਰਸਿਮਰਤ ਨੂੰ, ਜਿਸ ਨੇ 15 ਸਾਲ ਲੋਕਾਂ ਦੀ ਸੇਵਾ ਕੀਤੀ। ਸੋ ਟ੍ਰਾਇਲ ਕਰਨ ਦਾ ਖਦਸ਼ਾ ਘੱਟੇ ਜਾਪਦਾ। ਸੋ ਲੈਬੋ ਲਵਾਬ ਇਹ ਮੰਨੀਏ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਲੋਕ ਹਰਸਿਮਰਤ ਨੂੰ ਇਸ ਵਾਰ ਵੀ ਆਪਣੀ ਨੁਮਾਇੰਦਗੀ ਦੇ ਕੇ MP ਬਣਾ ਸਕਦੇ ਨੇ, ਯਾਨੀ ਕਿ ਜਿੱਤ ਪੱਕੀ। ਆਉਂਦੇ ਹਾਂ ਫਿਰੋਜ਼ਪੁਰ, ਫਰੀਦਕੋਟ, ਅੰਮ੍ਰਿਤਸਰ, ਅਨੰਦਪੁਰ ਸਾਹਿਬ, ਪਟਿਆਲਾ, ਜਿਸ 'ਚ ਅਕਾਲੀ ਦਲ ਦੀ ਮਜ਼ਬੂਤੀ ਸਾਫ ਸਾਫ ਦਰਸਾ ਰਹੀ ਹੈ। ਇਹਨਾਂ ਸੀਟਾਂ ਤੋਂ ਅਕਾਲੀ ਦਲ ਜਿੱਤ ਰਿਹਾ, ਬਾਕੀ ਮੁਲਾਂਕਣ ਕੋਈ ਕੁਝ ਵੀ ਕਰ ਲਵੇ। ਬਠਿੰਡਾ ਸੀਟ ਦੀ ਗੱਲ ਆਪਾਂ ਕਰ ਚੁੱਕੇ ਹਾਂ, ਜਿਸ 'ਚ ਸਾਫ ਤੌਰ 'ਤੇ ਅਕਾਲੀ ਦਲ ਤੋਂ ਹਰਸਿਮਰਤ ਦੀ ਜਿੱਤ ਦਿਖਾਈ ਦੇ ਰਹੀ ਹੈ। ਅਤੇ ਗੱਲ ਕਰਨ ਜਾ ਰਹੇ ਹਾਂ ਬਾਕੀ ਉਹਨਾਂ 5 ਸੀਟਾਂ ਦੀ, ਜਿੱਥੋਂ ਅਕਾਲੀ ਦਲ ਮੈਜੋਰਿਟੀ ਦੇ ਨਾਲ ਜਿੱਤ ਦਾ ਸਾਫ ਤੌਰ 'ਤੇ ਦਿਖਾਈ ਦੇ ਰਿਹਾ। ਨੰਬਰ 1 ਫਿਰੋਜ਼ਪੁਰ ਸੀਟ, ਜਿੱਥੇ ਅਕਾਲੀ ਦਲ ਤੋਂ ਜ਼ੋਰਾ ਸਿੰਘ ਮਾਨ ਦੇ ਸੁਪੁੱਤਰ ਨਰਦੇਵ ਸਿੰਘ ਬੌਬੀ ਮਾਨ ਚੋਣ ਅਖਾੜੇ 'ਚ ਨੇ। ਲੋਕਾਂ ਦੀ ਯਾਦ ਤਾਜ਼ਾ ਕਰਦੇ ਹੋਏ ਦੱਸ ਦਈਏ ਕਿ ਫਿਰੋਜ਼ਪੁਰ ਲੋਕ ਸਭਾ ਹਲਕਾ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮਜ਼ਬੂਤ ਗੜ੍ਹ ਰਿਹਾ। ਇਸ ਸੀਟ 'ਤੇ 18 ਲੋਕ ਸਭਾ ਚੋਣਾਂ ਵਿੱਚੋਂ 11 ਇੱਕ ਜ਼ਿਮਣੀ ਚੋਣ ਸਣੇ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਹੈ।
ਇੰਨਾ ਹੀ ਨਹੀਂ, ਨਰਦੇਵ ਸਿੰਘ ਮਾਨ ਦੇ ਭਰਾ ਵਰਦੇਵ ਸਿੰਘ ਨੋਨੀ ਮਾਨ ਨੂੰ ਤਿੰਨ ਤਿੰਨ ਵਾਰ ਵਿਧਾਨ ਸਭਾ ਚੋਣਾਂ 'ਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਚੁੱਕਾ ਅਤੇ ਇਹਨਾਂ ਦੇ ਪਿਤਾ ਜ਼ੋਰਾ ਸਿੰਘ ਮਾਨ ਨੂੰ ਇਸ ਹਲਕੇ ਦਾ ਬੱਚਾ ਬੱਚਾ ਉਹਨਾਂ ਦੇ ਕੀਤੇ ਵਿਕਾਸ ਕਾਰਜਾਂ ਕਰਕੇ ਜਾਣਦਾ। ਲੋਕਾਂ ਦੇ ਨਾਲ ਗੱਲ ਕਰਨ 'ਤੇ ਸਾਫ਼ ਤੌਰ 'ਤੇ ਸਾਹਮਣੇ ਆਇਆ ਕਿ ਇਹ ਅਕਾਲੀ ਪਰਿਵਾਰ ਲੋਕਾਂ ਦੇ ਹਰ ਦੁੱਖ ਸੁੱਖ 'ਚ ਨਾਲ ਖੜਾ ਵਿਖਾਈ ਦਿੱਤਾ। ਦੂਜੇ ਪਾਸੇ ਆਪ ਤੋਂ ਜਗਦੀਪ ਸਿੰਘ ਬਰਾੜ ਦਾ ਆਧਾਰ ਸਿਰਫ ਮੁਕਤਸਰ ਵਿਧਾਨ ਸਭਾ ਹਲਕੇ 'ਚ ਹੈ ਅਤੇ ਉੱਪਰੋਂ ਆਪ ਸਰਕਾਰ ਦੇ ਖਿਲਾਫ਼ ਐਂਟੀ ਇਨਕੰਬੈਂਸੀ ਯਾਨੀ ਕਿ ਸੱਤਾ ਵਿਰੋਧੀ ਲਹਿਰ ਜਗਦੀਪ ਸਿੰਘ ਬਰਾੜ ਦਾ ਨੁਕਸਾਨ ਕਰ ਸਕਦੀ ਹੈ। ਅਤੇ ਜੇਕਰ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਦੀ ਤਾਂ ਉਹ ਹੈ ਸ਼ੇਰ ਸਿੰਘ ਗੁਬਾਇਆ, ਜਿਸ ਨੂੰ ਅਕਾਲੀ ਦਲ 'ਚ ਰਹਿੰਦਿਆਂ ਇਸ ਅਕਾਲੀ ਗੜ੍ਹ ਨੇ ਦੋ ਵਾਰ 2009 ਅਤੇ 2014 'ਚ ਜਿਤਾਇਆ। ਉਸਨੇ ਆਪਣੀ ਮਾਂ ਪਾਰਟੀ ਹੀ ਬਦਲ ਲਈ, ਸੋ ਲੋਕਾਂ ਦੇ ਇੱਕ ਤਬਕੇ 'ਚ ਇਸ ਦਾ ਪ੍ਰਭਾਵ ਮਾੜਾ ਜਾ ਰਿਹਾ। ਅਤੇ ਜੇਕਰ ਗੱਲ ਕਰੀਏ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ ਦੀ, ਜਿਹਨਾਂ ਨੂੰ ਕਾਂਗਰਸ 'ਚ ਰਹਿੰਦਿਆਂ ਗੁਰੂ ਹਰ ਸਹਾਏ ਦੀ ਜਨਤਾ ਨੇ MLA ਬਣਾਇਆ, ਉਸਨੇ ਵੀ ਆਪਣੀ ਮਾਂ ਪਾਰਟੀ ਬਦਲ ਲਈ ਅਤੇ ਹੁਣ ਪੰਜਾਬ 'ਚ ਇੱਕ ਤਬਕਾ ਭਾਜਪਾ ਦਾ ਜੋ ਵਿਰੋਧ ਕਰ ਰਿਹਾ ਉਸਦਾ ਅਸਰ ਸਾਫ਼ ਸਾਫ਼ ਇਸ ਸੀਟ 'ਤੇ ਵੀ ਵਿਖਾਈ ਦੇ ਸਕਦਾ। ਇਸ ਲਈ ਜਿੱਤ ਦੇ ਸਾਰੇ ਸਮੀਕਰਨ ਨਰਦੇਵ ਸਿੰਘ ਬੌਬੀ ਮਾਨ ਭਾਵ ਅਕਾਲੀ ਦਲ ਦੇ ਪੱਖ 'ਚ ਵਿਖਾਈ ਦੇ ਰਹੇ ਨੇ। ਖੈਰ ਅਗਲੀ ਉਸ ਸੀਟ ਦੀ ਗੱਲ ਕਰਨ ਜਾ ਰਹੇ ਹਾਂ ਜੋ ਅਕਾਲੀ ਦਲ ਦੀ ਝੋਲੀ 'ਚ ਡਿੱਗ ਸਕਦੀ ਹੈ ਅਤੇ ਉਹ ਹੈ ਫਰੀਦਕੋਟ ਲੋਕ ਸਭਾ ਹਲਕਾ, ਜਿੱਥੇ ਅਕਾਲੀ ਦਲ ਦੇ ਵੱਡੇ ਨੇਤਾ ਗੁਰਦੇਵ ਸਿੰਘ ਬਾਦਲ ਦਾ ਦਬਦਬਾ ਰਿਹਾ। ਜਿੱਥੇ ਸ਼੍ਰੋਮਣੀ ਅਕਾਲੀ ਦਲ ਧਰਮਕੋਟ ਤੋਂ 3 ਵਾਰ ਗੁਰਦੇਵ ਸਿੰਘ ਬਾਦਲ ਦੇ ਸਪੁੱਤਰ ਸ਼ੀਤਲ ਸਿੰਘ MLA ਰਹਿ ਚੁੱਕੇ ਨੇ ਅਤੇ ਹੁਣ ਫਰੀਦਕੋਟ ਹਲਕੇ ਦੇ ਲੋਕਾਂ ਦੀ ਮੰਗ 'ਤੇ ਗੁਰਦੇਵ ਸਿੰਘ ਬਾਦਲ ਦੇ ਦੋਹਤੇ ਇਮਾਨਦਾਰ ਛਵੀ ਵਾਲੇ ਰਾਜਵਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ 'ਚ ਉਤਾਰਿਆ। ਅਤੇ ਦੂਜੇ ਪਾਸੇ ਅਮਰਜੀਤ ਕੌਰ ਜੋ ਅਕਾਲੀ ਦਲ 'ਚ ਹੀ ਸੀ ਤਾਂ ਹੁਣ ਕਾਂਗਰਸ ਦੀ ਬੇੜੀ 'ਚ ਆ ਬੈਠੀ ਹੈ ਅਤੇ ਇਹਨਾਂ ਦੀ ਬੇੜੀ ਮੌਜੂਦਾ MP ਮੁਹੰਮਦ ਸਦੀਕ ਡੁਬਾ ਰਹੇ ਨੇ ਆਪਣੀ ਨਾਰਾਜ਼ਗੀ ਦੇ ਨਾਲ, ਭਾਵ ਕਾਂਗਰਸ ਨੇ ਮੌਜੂਦਾ ਜਿੱਤੇ ਹੋਏ MP ਨੂੰ ਨਾ ਟਿਕਟ ਦੇ ਕੇ ਅਕਾਲੀ ਦਲ ਤੋਂ ਆਈ ਅਮਰਜੀਤ ਕੌਰ 'ਤੇ ਦਾਅ ਖੇਡਿਆ। ਇਸ ਦਾ ਮਤਲਬ ਕਾਂਗਰਸ ਵੀ ਮੰਨਦੀ ਹੈ ਕਿ ਗੜ ਅਕਾਲੀ ਹੈ। ਦੂਜੇ ਪਾਸੇ ਭਾਜਪਾ ਤੋਂ ਹੰਸ ਰਾਜ ਹੰਸ ਅਤੇ ਆਪ ਦੇ ਕਰਮਜੀਤ ਸਿੰਘ ਅਨਮੋਲ ਦਾ ਵਿਰੋਧ ਲੋਕ ਡਟ ਕੇ ਕਰ ਰਹੇ ਨੇ ਕਿ ਰੈਲੀਆਂ ਕੀ ਸਭਾਵਾਂ, ਹਰ ਪਾਸਿਓਂ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਤਾਂ ਇੱਕ ਫੈਕਟਰ ਹੋਰ ਸਾਹਮਣੇ ਆਇਆ ਹੈ, ਉਹ ਹੈ ਕਥਿਤ ਪੰਥਕ ਫੈਕਟਰ। ਲੋਕ ਕਨਫਿਊਜ਼ ਨੇ ਕਿ ਅਸਲੀ ਪੰਥ ਦਾ ਰਾਖਾ ਕੌਣ, ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਬਲਦੇਵ ਸਿੰਘ ਜਾਂ ਇੰਦਰਾ ਗਾਂਧੀ ਦੇ ਹੱਤਿਆਰੇ ਦਾ ਪੁੱਤਰ ਸਰਬਜੀਤ ਸਿੰਘ। ਅਤੇ ਦੱਸ ਦਈਏ ਕਿ ਸਰਬਜੀਤ 2004 'ਚ ਬਠਿੰਡਾ ਸੀਟ ਤੋਂ ਚੋਣਾਂ 'ਚ ਹਾਰ ਦਾ ਮੂੰਹ ਵੇਖ ਚੁੱਕੇ ਨੇ। ਗੱਲ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਦੀ, ਜਿੱਥੋਂ ਅਕਾਲੀ ਦਲ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੋਣ ਮੈਦਾਨ 'ਚ ਉਤਾਰਿਆ। ਇਸ ਸ਼ਖਸ ਦੀ ਜਿੱਤ ਦਾ ਵੱਡਾ ਕਾਰਨ ਦਰਅਸਲ ਇਹ ਹੋਣ ਜਾ ਰਿਹਾ ਕਿ ਇਸ ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਿੱਜੀ ਰਾਫਤਾ ਅਜਿਹਾ ਬਣਿਆ ਹੋਇਆ ਕਿ ਬੱਚਾ ਬੱਚਾ ਇਹਨਾਂ ਦੇ ਨਾਮ ਨਾਲ ਜਾਣੂ ਹੈ। ਅਤੇ ਉੱਪਰੋਂ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੀ ਇਹਨਾਂ ਦੇ ਹੱਕ 'ਚ ਵਿਸ਼ਾਲ ਰੈਲੀ ਅਤੇ ਸਾਬਕਾ ਮੰਤਰੀ ਪੰਜਾਬ ਦਲਜੀਤ ਸਿੰਘ ਚੀਮਾ ਆਪਣਾ ਸਾਰਾ ਕੈਡਰ ਜਾਂ ਕਹੋ ਵੋਟ ਬੈਂਕ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਜੋੜ ਕੇ ਗਏ ਨੇ, ਜਿਸ ਦਾ ਫਾਇਦਾ ਅਕਾਲੀ ਦਲ ਨੂੰ ਸਾਫ਼ ਤੌਰ 'ਤੇ ਹੋਵੇਗਾ। ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇਸ ਥਾਂ ਤੋਂ ਵੀ ਆਪਣਾ ਉਮੀਦਵਾਰ ਬਦਲ ਦਿੱਤਾ, ਭਾਵ ਮਨੀਸ਼ ਤਿਵਾੜੀ ਦੀ ਜਗ੍ਹਾ ਵਿਜੇਂਦਰ ਸਿੰਗਲਾ। ਸੋ ਲੋਕਾਂ ਦੇ ਜ਼ਹਿਨ 'ਚ ਸਾਫ਼ ਛਵੀ ਬਣ ਗਈ ਕਿ ਮਨੀਸ਼ ਤਿਵਾੜੀ ਲੋਕਾਂ 'ਚ ਵਿਚਰਦਾ ਨਹੀਂ ਸੀ, ਸੋ ਇਸ ਵਾਰ ਵੋਟਾਂ ਪੈਣੀਆਂ ਨਹੀਂ ਅਤੇ ਕਿਸੇ ਦੂਜੇ ਉਮੀਦਵਾਰ ਨੂੰ ਮਾਯੂੰਦਾ 'ਚ ਉਤਾਰਿਆ ਜਾਵੇ।
ਤਾਂ ਦੱਸ ਦੇਈਏ ਕਿ ਵਿਕੀਇੰਦਰ ਸਿੰਗਲਾ ਸੰਗਰੂਰ ਤੋਂ ਆਉਂਦੇ ਨੇ ਅਤੇ ਬਾਕੀ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਲਈ ਮੁਸੀਬਤਾਂ ਘੱਟ ਨਹੀਂ ਕਿਉਂਕਿ ਪੂਰੇ ਸੂਬੇ 'ਚ ਸਰਕਾਰ ਪ੍ਰਤੀ ਨਾਰਾਜ਼ਗੀ ਹੈ। ਖਾਸ ਤੌਰ 'ਤੇ ਅਧਿਆਪਕ ਦੀ ਮੌਤ ਅਤੇ ਉਸ 'ਚ ਪੰਜਾਬ 'ਚ ਸਿੱਖਿਆ ਮੰਤਰੀ ਦਾ ਕਥਿਤ ਨਾਮ ਆਉਣਾ ਲੋਕਾਂ 'ਚ ਹੋਰ ਗੁੱਸਾ ਭਰ ਗਿਆ, ਜਿਸ ਦਾ ਖਾਮਿਆਜ਼ਾ ਇਸ ਚੋਣ 'ਚ ਸਾਫ਼ ਵੇਖਣ ਨੂੰ ਮਿਲ ਸਕਦਾ ਹੈ। ਇਸ ਦੇ ਉਲਟ ਅਕਾਲੀ ਦਲ ਲਈ ਨਾ ਤਾਂ ਆਪਸੀ ਵਿਰੋਧ ਦੇ ਸੁਰ ਨੇ ਅਤੇ ਨਾ ਹੀ ਕੋਈ ਖੈਬਾਜ਼ੀ। ਸੋ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਅਕਾਲੀ ਦਲ ਦੀ ਝੋਲੀ 'ਚ ਸਾਫ਼ ਡਿੱਗਦੀ ਨਜ਼ਰ ਆ ਰਹੀ ਹੈ ਕਿਉਂਕਿ ਜਿੱਥੇ ਇਲਾਕੇ ਦੇ ਲੋਕ ਅਕਾਲੀ ਕੈਡਰ ਜ਼ੋਰ ਲਗਾ ਰਹੇ ਨੇ ਉੱਥੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਪੂਰਾ ਪਰਿਵਾਰ ਇਹਨਾਂ ਦੇ ਨਾਲ ਖੜ੍ਹਾ ਹੈ। ਅਤੇ ਗੱਲ ਕਰੀਏ ਪਟਿਆਲਾ ਦੀ, ਪਟਿਆਲਾ ਦੇ ਲੋਕਾਂ ਨੂੰ ਕੈਪਟਨ ਅਤੇ ਪ੍ਰਨੀਤ ਕੌਰ ਨੇ ਪਹਿਲਾਂ ਹੀ ਭੰਬਲ ਭੂਸੇ 'ਚ ਪਾ ਰੱਖਿਆ। ਜੋ ਸਾਲੋ ਸਾਲ ਕਾਂਗਰਸ ਦੇ ਗੁਣਗਾਣ ਗਾਉਂਦੇ ਰਹੇ ਹੁਣ ਭਾਜਪਾ ਦੀ ਗੋਦ 'ਚ ਜਾ ਬੈਠੇ। ਸੋ ਇਹਨਾਂ 'ਤੇ ਲੋਕਾਂ ਨੂੰ ਭਰੋਸਾ ਕਰਨ ਦੇ ਲਈ ਇੱਕ ਕਾਰਨ ਚਾਹੀਦਾ, ਜਦਕਿ ਦੂਜੇ ਪਾਸੇ ਭਾਜਪਾ ਦਾ ਵਿਰੋਧ ਪੂਰੇ ਪੰਜਾਬ 'ਚ ਲਗਾਤਾਰ ਹੋ ਰਿਹਾ। ਧਰਮਵੀਰ ਗਾਂਧੀ ਆਪ ਛੱਡ ਚੁੱਕੇ ਨੇ, ਹੁਣ ਪਾਲਾ ਬਦਲ ਕੇ ਕਾਂਗਰਸ 'ਚ ਚਲੇ ਗਏ। ਆਪ 'ਚ ਇਹਨਾਂ ਦੇ ਵਿਰੋਧੀ ਅਤੇ ਉਹ ਕਾਂਗਰਸੀ ਵਰਕਰ ਜੋ ਇਹਨਾਂ ਦੇ ਵਿਰੋਧੀ ਸਨ ਹੁਣ ਆਪਣੇ ਆਪ 'ਚ ਕਸ਼ਮਕਸ਼ 'ਚ ਨੇ ਕਿ ਇਹਨਾਂ ਨੂੰ ਵੋਟ ਕਿਉਂ ਦਈਏ। ਖੈਰ ਤੀਜੇ ਪਾਸੇ ਐਨ ਕੇ ਸ਼ਰਮਾ ਜੋ ਕਿ ਨਾ ਦਲ ਬਦਲੂ ਨੇ ਨਾ ਬਾਹਰਲੇ ਅਤੇ ਉੱਪਰੋਂ ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਸੁਖਬੀਰ ਬਾਦਲ ਦੇ ਬੇਹੱਦ ਨਜ਼ਦੀਕੀ, ਜਿਹਨਾਂ ਦਾ ਆਪਣਾ ਆਧਾਰ ਪਟਿਆਲਾ ਲੋਕ ਸਭਾ ਹਲਕੇ 'ਚ ਵਾਧੂ ਹੈ, ਹਰ ਹਲਕੇ 'ਚ ਰਿਸ਼ਤੇਦਾਰ ਜਾਂ ਆਪਣਾ ਅਸਲ ਰਸੂਖ ਇਸ ਅਕਾਲੀ ਉਮੀਦਵਾਰ 'ਤੇ ਹੱਕ 'ਚ ਜਾਓ ਅਜਿਹਾ ਛਾਪਦਾ। ਸਭ ਤੋਂ ਵੱਡੀ ਗੱਲ ਇਸ ਪੂਰੇ ਦੇ ਪੂਰੇ ਹਲਕੇ ਦੇ ਵੱਡੇ ਅਕਾਲੀ ਲੀਡਰ ਖੁਦ ਆਪ ਐਨ ਕੇ ਸ਼ਰਮਾ ਦੀ ਕੈਂਪੇਨ ਸੰਭਾਲ ਕੇ ਬੈਠੇ ਨੇ। ਦੱਸ ਦਈਏ ਕਿ ਐਨ ਕੇ ਸ਼ਰਮਾ ਦਾ ਰੀਅਲ ਐਸਟੇਟ ਦਾ ਕੰਮ ਹੈ ਅਤੇ ਜਿੰਨੇ ਵੀ ਘਰ ਇਹਨਾਂ ਦੀ ਕੰਪਨੀ ਵੱਲੋਂ ਪਟਿਆਲਾ ਹਲਕੇ 'ਚ ਬਣਾਏ ਗਏ ਉਹਨਾਂ ਪਰਿਵਾਰਾਂ ਨਾਲ ਨਿੱਜੀ ਤੌਰ 'ਤੇ ਇਹਨਾਂ ਦੀ ਨੇੜਤਾ ਹੈ ਅਤੇ ਬਾਕੀ ਅਕਾਲੀ ਦਲ ਵੱਲੋਂ ਜਿਹਨਾਂ ਦੋ ਹਿੰਦੂ ਚਿਹਰਿਆਂ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ 'ਚ ਇੱਕ ਵੱਡਾ ਹਿੰਦੂ ਚਿਹਰਾ ਐਨ ਕੇ ਸ਼ਰਮਾ। ਅਤੇ ਹੁਣ ਗੱਲ ਕਰਦੇ ਹਾਂ ਅੰਮ੍ਰਿਤਸਰ ਦੀ, ਜੋ ਸੀਟ ਵੀ ਅਕਾਲੀ ਦਲ ਦੇ ਖਾਤੇ 'ਚ ਜਾਂਦੀ ਹੋਈ ਜਾਪਦੀ ਹੈ ਅਤੇ ਇਸ ਸੀਟ 'ਤੇ ਵੀ ਅਕਾਲੀ ਦਲ ਨੇ ਹਿੰਦੂ ਚਿਹਰਾ ਹੀ ਚੋਣ ਮੈਦਾਨ 'ਚ ਉਤਾਰਿਆ। ਉਹ ਹੈ ਸਾਬਕਾ ਮੰਤਰੀ ਅਨਿਲ ਜੋਸ਼ੀ, ਜਿਸ ਨੇ ਭਾਜਪਾ ਨੂੰ ਸਿਰਫ ਉਸਦੀਆਂ ਪੰਜਾਬ ਪ੍ਰਤੀ ਨਿਕੰਮੀ ਨੀਤੀਆਂ ਕਰਕੇ ਛੱਡਿਆ। ਵੱਡਾ ਕਾਰਨ ਕਿਸਾਨਾਂ ਦੇ ਖਿਲਾਫ਼ ਕਾਲੇ ਕਾਨੂੰਨ ਸਨ। ਅਨਿਲ ਜੋਸ਼ੀ ਦਾ ਸਾਫ਼ ਤੌਰ 'ਤੇ ਕਹਿਣਾ ਸੀ ਕਿ ਜੋ ਪਾਰਟੀ ਪੰਜਾਬ ਦੇ ਕਿਸਾਨਾਂ ਲਈ ਨਹੀਂ ਖੜੀ ਹੋਈ ਉਸ ਨਾਲ ਬਣੇ ਰਹਿਣਾ ਉਹਨਾਂ ਦਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ। ਇੰਨਾ ਹੀ ਨਹੀਂ, ਭਾਜਪਾ 'ਚ ਰਹਿੰਦਿਆਂ ਵੀ ਅਨਿਲ ਜੋਸ਼ੀ ਨੇ ਪੰਜਾਬ ਹੱਕੀ ਫੈਸਲੇ ਲਏ ਅਤੇ ਇਸ ਕਰਕੇ ਕਈ ਸਟੇਜਾਂ ਤੋਂ ਅਕਾਲੀ ਲੀਡਰਾਂ ਨੇ ਇਹਨਾਂ ਦੇ ਗਟਸ ਨੂੰ ਕਈ ਵਾਰ ਮੰਨਿਆ। ਅਤੇ ਦੂਜੇ ਪਾਸੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਅੰਮ੍ਰਿਤਸਰ ਅਤੇ ਉਸ 'ਚ ਪੈਂਦੇ ਹਲਕਿਆਂ 'ਚ ਕਿੰਝ ਹੋਇਆ ਖਬਰ ਗਵਾਹੀਆਂ ਦੇ ਰਹੀਆਂ ਨੇ। ਅਤੇ ਜੇਕਰ ਗੱਲ ਕਰੀਏ ਗੁਰਜੀਤ ਸਿੰਘ ਔਜਲਾ ਦੀ, ਇਹਨਾਂ ਨੂੰ ਲੈ ਕੇ ਕਾਂਗਰਸ ਛੱਡ ਭਾਜਪਾ ਜੁਆਇਨ ਕਰਨ ਦੀਆਂ ਚਰਚਾਵਾਂ ਲੋਕਾਂ ਦੇ ਦਿਲਾਂ 'ਚ ਇੱਕ ਸ਼ੰਕਾ ਪੈਦਾ ਕਰ ਰਹੀਆਂ ਨੇ ਕਿ ਜੇਕਰ ਜਿੱਤੇ ਤਾਂ ਕੀ ਇਹ ਮੋਦੀ ਦਾ ਹੱਥ ਨਹੀਂ ਫੜ ਲੈਣਗੇ। ਅਤੇ ਇਹ ਰਹੀ ਗੱਲ ਆਪ ਉਮੀਦਵਾਰ ਦੀ, ਜੋ ਖੁਦ ਪੰਜਾਬ ਦੀ ਵਜ਼ਾਰਤ 'ਚ ਹੈ, ਉਹ ਐਮ ਪੀ ਬਣ ਕੇ ਕੀ ਹਾਸਲ ਕਰੂ, ਲੋਕਾਂ ਦੇ ਜ਼ਹਿਨ 'ਚ ਇਹ ਸਵਾਲ ਛਾਲਾ ਮਾਰ ਰਿਹਾ। ਤਾਂ ਦੂਜੇ ਪਾਸੇ ਮਾਝੇ ਦਾ ਜਰਨੈਲ ਮੰਨੇ ਜਾਣ ਵਾਲਾ ਵਿਕਰਮ ਮਜੀਠੀਆ ਅਤੇ ਉਹਨਾਂ ਦੀ ਧਰਮ ਪਤਨੀ ਅਨਿਲ ਜੋਸ਼ੀ ਦੇ ਹੱਕ 'ਚ ਚੋਣ ਪ੍ਰਚਾਰ 'ਚ ਆਪਣੀ ਪੂਰੀ ਤਾਕਤ ਝੋਂਕ ਰਹੇ ਨੇ, ਕਿਉਂਕਿ ਇਹ ਵਿਕਰਮ ਮਜੀਠੀਆ ਲਈ ਵੀ ਜ਼ਰੂਰੀ ਹੈ ਕਿਉਂਕਿ ਮਾਝੇ 'ਚੋਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸੀਟ ਜਿੱਤਣੀ ਮਜੀਠੀਆ ਲਈ ਵੀ ਵਕਾਰ ਦਾ ਸਵਾਲ ਬਣਿਆ ਹੋਇਆ। ਸੋ ਕੁੱਲ ਮਿਲਾ ਜੁਲਾ ਕੇ ਅੰਮ੍ਰਿਤਸਰ ਦੀ ਸੀਟ ਵੀ ਅਕਾਲੀ ਦਲ ਦੀ ਝੋਲੀ 'ਚ ਪੈਂਦੀ ਹੋਈ ਨਜ਼ਰ ਆ ਰਹੀ ਹੈ।
ਸੋ ਇਹ ਸਾਨੂੰ 6 ਸੀਟਾਂ ਦਾ ਸਟੀਕ ਵੇਰਵਾ ਜਿਸ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪੱਕੀ ਅਤੇ ਪੱਕੀ ਜਾਪਦੀ ਹੈ। ਬਾਕੀ ਸੰਗਰੂਰ ਦੀ ਗੱਲ ਕਰ ਚੁੱਕੇ ਹਾਂ ਅਤੇ ਰਹਿ ਗਈਆਂ 6 ਸੀਟਾਂ ਜਿਨ੍ਹਾਂ 'ਚੋਂ ਹੁਸ਼ਿਆਰਪੁਰ 'ਚ ਭਾਜਪਾ ਦੇ ਖਿਲਾਫ ਐਂਟੀ ਇਨਕਿਊਬੈਂਸੀ ਸਾਫ ਸਾਫ ਨਜ਼ਰ ਆ ਰਹੀ ਹੈ। ਲੋਕ ਕਹਿੰਦੇ ਨੇ ਕਿ ਸਾਂਪਲਾ ਦੇ ਵਾਂਗ ਸੋਮ ਪ੍ਰਕਾਸ਼ ਵੀ MP ਬਣ ਕੇ ਇਲਾਕੇ 'ਚ ਕਦੀ ਨਹੀਂ ਵਿਖੇ। ਕਾਂਗਰਸ ਦਾ ਬੰਦਾ ਆਪ 'ਚ ਸ਼ਾਮਿਲ ਹੋ ਗਿਆ ਅਤੇ ਆਪ ਸਰਕਾਰ ਨੇ ਇਹਨਾਂ 2 ਸਾਲਾਂ 'ਚ ਕੀ ਕੀਤਾ, ਕਿਸੇ ਤੋਂ ਲੁਕਿਆ ਨਹੀਂ ਹੈ। ਅਤੇ ਬਾਕੀ ਅਕਾਲੀ ਦਲ ਤੋਂ ਸੋਹਨ ਸਿੰਘ ਠੰਡਲ, ਸਾਬਕਾ ਮੰਤਰੀ ਦਾ ਆਧਾਰ ਆਪਣੇ ਹਲਕੇ ਤੋਂ ਬਾਹਰ ਘੱਟ ਹੈ। ਅਤੇ ਗੱਲ ਜਲੰਧਰ ਦੀ, ਪਵਨ ਕੁਮਾਰ ਜੀ ਨੂੰ ਅਕਾਲੀ ਦਲ ਛੱਡ ਕੇ ਆਪ ਨੂੰ ਮਾਂ ਪਾਰਟੀ ਬਣਾ ਬੈਠੇ ਨੇ। ਸੁਸ਼ੀਲ ਰਿੰਕੂ ਦੀ ਮਾਂ ਪਾਰਟੀ 3 ਹੈ, ਲੋਕ ਵਾਕਈ ਕਨਫਿਊਜ਼ ਨੇ। ਅਤੇ ਰਹੀ ਗੱਲ ਚੰਨੀ ਦੀ, ਜਾਪਦਾ ਹੈ ਕਿ ਡੇਰਾ ਬੱਲਾਂ ਦੇ ਸਮਰਥਕ ਚੰਨੀ ਨੂੰ ਜਿਤਾ ਸਕਦੇ ਨੇ ਅਤੇ ਬਾਕੀ ਉਹਨਾਂ ਦੀ ਆਪਣੀ ਪਬਲਿਸਿਟੀ ਕਿਸੇ ਤੋਂ ਲੁਕੀ ਨਹੀਂ ਹੈ। ਅਤੇ ਇੱਥੇ ਅਕਾਲੀ ਦਲ ਦੇ KP ਕਾਂਗਰਸ ਵੋਟਰਾਂ ਦੀਆਂ ਨਜ਼ਰਾਂ 'ਚ ਰੜਕਦੇ ਨੇ। ਸੋ ਅਕਾਲੀ ਦਲ ਦੇ ਵੋਟਰ ਉਹਨਾਂ ਨੂੰ ਕਿੰਨਾ ਆਪਣਾ ਪਾਉਣਗੇ ਇਹ ਵਕਤ ਦੱਸੇਗਾ। ਗੱਲ ਲੁਧਿਆਣਾ ਦੀ, ਜਿੱਥੇ ਰਾਜਾ ਵੜਿੰਗ ਦੀ ਮਜ਼ਬੂਤੀ ਸਾਫ਼ ਨਜ਼ਰ ਆ ਰਹੀ ਹੈ ਅਤੇ ਇਸਦੇ ਉਲਟ BJP 'ਚ ਗਏ ਬਿੱਟੂ ਖਿਲਾਫ਼ ਲੋਕਾਂ ਦੀ ਨਾਰਾਜ਼ਗੀ ਜਗ ਜ਼ਾਹਰ ਹੈ। ਆਪ ਦੇ ਮੌਜੂਦਾ MLA ਅਸ਼ੋਕ ਪ੍ਰਾਸ਼ਰ ਪੱਪੀ ਦਾ ਆਧਾਰ ਆਪਣੇ ਵਿਧਾਨ ਸਭਾ ਹਲਕੇ ਤੋਂ ਇਲਾਵਾ ਬਾਕੀ ਹਲਕਿਆਂ 'ਚ ਘੱਟ ਹੈ ਅਤੇ ਉੱਪਰੋਂ ਸਰਕਾਰ ਪ੍ਰਤੀ ਲੋਕਾਂ ਦੀ ਨਾਰਾਜ਼ਗੀ, ਲੁਧਿਆਣਾ ਦਾ ਇੱਕ ਵਪਾਰੀ ਤਬਕਾ ਆਪ ਤੋਂ ਸਖ਼ਤ ਨਾਰਾਜ਼ ਹੈ। ਅਤੇ ਅਕਾਲੀ ਦਲ ਤੋਂ ਸਾਬਕਾ MLA ਰਣਜੀਤ ਸਿੰਘ ਢਿੱਲੋਂ ਹਾਰੇ ਹੋਏ MLA ਨੇ ਅਤੇ ਮੰਨਿਆ ਹੀ ਜਾ ਰਿਹਾ ਕਿ ਢਿੱਲੋਂ ਦਾ ਆਪਣੇ ਵਿਧਾਨ ਸਭਾ ਹਲਕੇ ਤੋਂ ਬਾਹਰ ਵਾਧੂ ਵੋਟ ਬੈਂਕ ਨਹੀਂ ਹੈ। ਜੇਕਰ ਗੱਲ ਫਤਿਹਗੜ੍ਹ ਸਾਹਿਬ ਦੀ ਕਰੀਏ ਤਾਂ ਇਹ ਇੱਕ ਪੰਥਕ ਸੀਟ ਹੈ। ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਆਗੂ ਗੁਰਮੀਤ ਸਿੰਘ GP ਨੂੰ ਮੈਦਾਨ 'ਚ ਉਤਾਰਿਆ, ਜਦਕਿ ਮੌਜੂਦਾ ਸੰਸਦ ਮੈਂਬਰ ਅਮਰ ਸਿੰਘ ਹਲਕੇ ਤੋਂ ਕਥਿਤ ਤੌਰ 'ਤੇ ਗੈਰ ਹਾਜ਼ਰੀ ਕਾਰਨ ਸੰਭਾਵੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਸਕਦੇ ਨੇ। ਅਤੇ ਇਸ ਦੇ ਉਲਟ BJP ਨੇ ਹਿੰਦੂ ਅਤੇ SC ਵੋਟ ਬੈਂਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਗੇਜਾ ਰਾਮ ਵਾਲਮੀਕੀ ਨੂੰ ਮੈਦਾਨ 'ਚ ਉਤਾਰਿਆ, ਪਰ ਇੱਕ ਵੱਡੇ ਤਬਕੇ ਦੀ BJP ਦੇ ਨਾਲ ਨਾਰਾਜ਼ਗੀ ਦੇ ਚੱਲਦੇ ਇਹ ਸੀਟ ਭਾਜਪਾ ਦੇ ਹੱਥ ਘੱਟ ਹੀ ਆਉਣ ਦੀ ਉਮੀਦ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਬਸੰਤ ਸਿੰਘ ਖਾਲਸਾ ਦੇ ਪੁੱਤਰ ਬਿਕਰਮਜੀਤ ਸਿੰਘ ਖਾਲਸਾ ਨੂੰ ਆਪਣਾ ਉਮੀਦਵਾਰ ਬਣਾਇਆ, ਪਰ ਚੋਣ ਪ੍ਰਚਾਰ 'ਚ ਕਾਮੀ ਜਿੱਤ ਦੇ ਵਿਚਕਾਰ ਰੋੜਾ ਬਣ ਸਕਦੀ ਹੈ। ਸੋ ਕਿਸ ਦੀ ਜਿੱਤ ਹੋਊ ਅੰਦਾਜ਼ੇ ਤੋਂ ਪਰ ਆਇਆ। ਅਤੇ ਜੇਕਰ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਭਾਜਪਾ ਦੇ ਖਿਲਾਫ਼ ਸਨੀ ਦਿਓਲ ਕਰਕੇ ਵਿਖਾਈ ਨਾਰਾਜ਼ਗੀ ਭਾਜਪਾ ਨੂੰ ਹਾਰ ਦਾ ਮੂੰਹ ਵਿਖਾ ਸਕਦੀ ਹੈ। ਤਾਂ ਦੂਜੇ ਪਾਸੇ ਆਪ ਤੋਂ ਇੱਕ MLA ਨੂੰ ਟਿਕਟ ਦਿੱਤੀ ਗਈ ਜਿਸਦਾ ਆਧਾਰ ਸਿਰਫ ਆਪਣੇ ਹਲਕੇ 'ਚ ਹੈ ਅਤੇ ਸਰਕਾਰ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਆਪ ਨੂੰ ਦੂਜੇ ਜਾਂ ਤੀਜੇ ਨੰਬਰ 'ਤੇ ਲੈ ਕੇ ਆ ਸਕਦੀ ਹੈ। ਅਤੇ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਜਿੱਤ ਦੇ ਆਸਾਰ ਜ਼ਿਆਦਾ ਵੇਖਦੇ ਨੇ, ਜਦਕਿ ਅਕਾਲੀ ਦਲ ਤੋਂ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਅਨੁਸ਼ਾਸਿਤ ਸਿਪਾਹੀ ਬਣ ਇਸ ਇਲਾਕੇ 'ਚ ਆ ਤਾਂ ਗਏ ਪਰ ਜਿੱਤ ਮੁਸ਼ਕਲ ਜਾਪਦੀ ਹੈ। ਸੋ ਇਹ ਸੀ ਇੱਕ ਅਜਿਹੀ ਰਿਪੋਰਟ ਜਿਸ 'ਚ ਅਸੀਂ ਤੁਹਾਨੂੰ ਆਪਣੀ ਸਮਝ ਬੂਝ ਨਾਲ ਹਰ ਸੀਟ ਦਾ ਅੰਕਲਨ ਕੀਤਾ। ਹੋ ਸਕਦਾ ਇਸ ਅੰਕਲਨ ਨੂੰ ਕੋਈ ਪਸੰਦ ਕਰੇ ਜਾਂ ਨਾ, ਪਰ ਇਹ ਸਾਡੀ ਆਪਣੀ ਰਾਏ ਹੈ। ਲੋਕਾਂ ਦਾ ਜਾਂ ਪਾਰਟੀਆਂ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਧੰਨਵਾਦ।